ਅੱਜ ਹੁਸ਼ਿਆਰਪੁਰ ਵਿਖੇ ਖੋਦਾ ਪਹਾੜ ਨਿਕਲੀ ਚੂਹੀਆ ਵਾਲੀ ਕਹਾਵਤ ਉਸ ਸਮੇਂ ਸੱਚ ਹੋਈ ਜਦੋਂ ਬੀਤੀ ਦੇਰ ਸ਼ਾਮ ਹੁਸ਼ਿਆਰਪੁਰ ਦੇ ਕੁਝ ਨਜ਼ਦੀਕੀ ਪਿੰਡਾਂ 'ਚ ਚੀਤਾਂ ਆਉਣ ਦੀਆਂ ਗੱਲਾਂ ਪੂਰੇ ਇਲਾਕੇ 'ਚ ਅੱਗ ਵਾਂਗ ਫੈਲ ਗਈਆਂ। ਸੂਚਨਾ ਮਿਲਦਿਆਂ ਹੀ ਤੁਰੰਤ ਜੰਗਲਾਤ ਮਹਿਕਮੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦਿਖਾਉਂਦਿਆਂ ਹੋਇਆਂ ਮੌਕੇ ਨੂੰ ਸਾਂਭਿਆ ਗਿਆ। ਅੱਜ ਸਵੇਰੇ ਜਦੋਂ ਜੰਗਲਾਤ ਮਹਿਕਮੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਸਥਿਤੀ ਉਸ ਸਮੇਂ ਹਾਸੋਹੀਣੀ ਹੋ ਗਈ ਜਦੋਂ ਸਰਚ ਆਪਰੇਸ਼ਨ ਤੋਂ ਬਾਅਦ ਮਹਿਕਮੇ ਹੱਥ ਬਿੱਲੀ ਆਈ ਅਤੇ ਜੰਗਲਾਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਸਥਾਨਕ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਣ ਰੇਂਜ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਚੀਤਾ ਘੁੰਮ ਰਿਹਾ, ਪਰੰਤੂ ਜਦੋਂ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਫਤੀਸ਼ ਕੀਤੀ ਗਈ ਤਾਂ ਉਹਨਾਂ ਦੇ ਹੱਥ ਬਿੱਲੀ ਲੱਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਯਕੀਨ ਨਾ ਕਰਨ ਅਤੇ ਆਪਣੇ ਘਰਾਂ ਅੰਦਰ ਹੀ ਰਹਿਣ। ਜੀ ਸਰ, ਰੇਂਜ ਅਫਸਰ ਵਾਈਲਾ ਹੁਸ਼ਿਆਰਪੁਰ ਜੀ, ਸਾਨੂੰ ਰਿਪੋਰਟ ਮਿਲੀ ਸੀ ਵੀ ਇੱਕ ਲੈਪਰਡ ਜਿਹੜਾ ਇੱਥੇ ਏਰੀਏ ਦੇ ਵਿੱਚ ਘੁੰਮ ਰਿਹਾ ਹੈ। ਠੀਕ ਹੈ ਜੀ। ਅਸੀਂ ਇਹਦੇ ਬਾਰੇ ਪੂਰੀ ਸਰਚ ਕਰੇ, ਪੁਲਿਸ ਡਿਪਾਰਟਮੈਂਟ ਸਾਡੇ ਨਾਲ, ਪੂਰੀ ਫੋਰਸ ਆਈ। ਜਦੋਂ ਅਸੀਂ ਇੱਥੇ ਮੌਕੇ 'ਤੇ ਦੇਖਿਆ ਤਾਂ ਸਾਨੂੰ ਮੌਕੇ 'ਤੇ ਇੱਕ ਬਿੱਲੀ ਮਿਲੀ ਹੈ ਜੀ। ਠੀਕ ਹੈ ਜੀ। ਉਹ ਵੀਡੀਓ ਬਾਰੇ ਇਹ ਆ ਵੀ ਵੀਡੀਓ 'ਤੇ ਲੈਪਰਡ ਲੱਗ ਰਿਹਾ, ਪਰ ਉਹ ਕਨਫਰਮ ਨਹੀਂ ਹੋ ਰਹੀ ਕਿੱਥੇ ਦੀ ਹੈ। ਠੀਕ ਹੈ ਜੀ। ਅਸੀਂ ਸਾਰੇ ਸਰਚ ਕਰ ਰਹੇ ਹਾਂ। ਆਮ ਲੋਕਾਂ ਨੂੰ ਅਪੀਲ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਰਹਿਣ। ਠੀਕ ਹੈ ਜੀ। ਕੋਈ ਨੁਕਸਾਨ ਨਹੀਂ ਕਰਦਾ, ਲੈਪਰਡ ਜਿਹੜਾ ਨੁਕਸਾਨ ਨਹੀਂ ਕਰਦਾ। ਇਹ ਮਹਿਕਮਾ ਜੰਗਲਾਂ ਨੂੰ, ਪੁਲਿਸ ਡਿਪਾਰਟਮੈਂਟ ਨੂੰ ਕਿਹਨਾਂ ਸਹਿਯੋਗ ਹੈ ਸਾਡਾ ਅਟੈਂਡ ਕਰਨ। ਅੱਜ ਸਵੇਰੇ ਸਾਨੂੰ ਨਾ ਸਰਪੰਚ ਕਿਲਾ ਵਰੁਣ ਦਾ ਫੋਨ ਆਇਆ ਸੀਗਾ। ਉਹਨਾਂ ਨੇ ਕਿਹਾ ਕਿ ਇੱਥੇ ਲੈਪਰਡ ਘੁੰਮ ਰਿਹਾ, ਅਤੇ ਫਿਰ ਮੈਂ ਆਪਣੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚਿਆ ਅਤੇ ਆਣ ਕੇ ਫੋਰੈਸਟ ਡਿਪਾਰਟਮੈਂਟ ਨੂੰ ਫੋਨ ਕੀਤਾ। ਉਹਨਾਂ ਦੀ ਹਾਜ਼ਰੀ ਵਿੱਚ ਚੈੱਕ ਕੀਤਾ ਅਤੇ ਉਹ ਬਿੱਲੀ ਨਿਕਲੀ ਹੈ। ਦੇਖੋ, ਉਹ ਵੀਡੀਓ ਜਿਹੜੀ ਹੈ ਸਾਡੇ ਏਰੀਏ ਤਾਂ ਲੱਗਦੀ ਨਹੀਂ। ਅਸੀਂ ਹਰ ਇੱਕ ਸਰਪੰਚ ਨੂੰ ਆਪਣੇ ਨੂੰ ਇਕੱਲੇ ਇਕੱਲੇ ਨੂੰ ਫੋਨ ਕਰਕੇ ਪੁੱਛਿਆ, ਅਤੇ ਲੋਕ ਜਿਹੜੇ ਗੱਲ ਸੀਗੇ ਉਹਨੂੰ ਵੀਡੀਓ ਨੂੰ ਵੇਖ ਕੇ ਆਪਣੇ ਪਿੰਡਾਂ 'ਚ ਉਹਨਾਂ ਨੇ ਜਿਹੜਾ ਸੀਗਾ ਕਿ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਤੀ ਕਿ ਘਰਾਂ 'ਚ ਰਹੋ, ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਕਿੱਥੇ ਦੀ ਹੈ। ਫੋਰੈਸਟ ਡਿਪਾਰਟਮੈਂਟ ਵੀ ਕਰ ਰਿਹਾ, ਜੇ ਹੋਈ ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇ। ਆਮ ਲੋਕਾਂ ਨੂੰ ਇਹੀ ਹੈ ਕਿ ਪੈਨਿਕ ਨਾ ਹੋ, ਤੁਸੀਂ ਘਰਾਂ ਰਹੋ, ਜੇ ਤੁਹਾਨੂੰ ਲੱਗਦਾ ਇੱਦਾਂ ਦਾ ਤਾਂ ਪੁਲਿਸ ਨੂੰ ਸਾਨੂੰ ਸਾਡੇ ਕੰਟਰੋਲ ਰੂਮ 'ਤੇ ਜਾਂ ਮੈਨੂੰ ਕਾਲ ਕਰੋ। ਕਸ਼ਮੀਰੀ ਲਾਲ ਸੁੰਦਰ ਨਗਰ ਮਹੱਲਾ। ਹਾਂਜੀ, ਰਾਤੀ ਲੋਸਮੈਂਟ ਹੋਏ ਵੀ ਚੀਤਾ ਆ ਗਿਆ, ਅਸੀਂ ਤਾਂ ਦੇਖਿਆ ਨਹੀਂ ਇੱਥੇ ਜੀ। 10 ਵਜੇ ਕਹਿੰਦੇ ਆਕਾਸ਼ ਕਲੋਨੀ ਆਇਆ ਰਵਿਦਾਸ ਨਗਰ। ਮੇਰਾ ਨਾਮ ਅਨੀਤਾ ਹੈ ਜੀ। ਸਾਡੇ ਅਨਾਊਂਸਮੈਂਟ ਹੋਈ ਸੀ ਜੀ ਪਿੰਡ ਸ਼ੇਰਗੜ੍ਹ ਤੋਂ ਕਿ ਤੇਂਦੂਆ ਘੁੰਮ ਰਿਹਾ ਹੈ ਅਤੇ ਬੱਚਿਆਂ ਨੂੰ ਅੰਦਰ ਰੱਖਿਆ ਜਾਵੇ ਅਤੇ ਨਿਗਰਾਨੀ ਰੱਖੀ ਜਾਵੇ। ਨਹੀਂ, ਅਸੀਂ ਨਹੀਂ ਸਰ ਦੇਖਿਆ। ਸਰ, ਹੋ ਸਕਦਾ ਕਿਉਂਕਿ ਉਸ ਏਰੀਆ ਵਿੱਚ ਜ਼ਿਆਦਾ ਜੰਗਲ ਏਰੀਆ ਹੈ ਜੀ, ਹੋ ਸਕਦਾ ਹੈ, ਪਰ ਕਨਫਰਮ ਕੁਛ ਨਹੀਂ ਹੈ। ਸਾਡਾ ਇਲਾਕਾ ਜੀ ਬਾਬਾ ਬਣੇ ਸ਼ਾਹ।